ਸਿਹਤ ਕ੍ਰਾਂਤੀ ਨੂੰ ਲੈ ਕੇ 872 ਆਮ ਆਦਮੀ ਕਲੀਨਿਕਾਂ ਤੋਂ ਬਾਅਦ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵੀ ਨਹੀਂ ਸਤਾਉਂਦਾ, ਸਗੋਂ ਮੁਹੱਲਿਆਂ 'ਚ ਖੁੱਲ੍ਹੇ ਆਮ ਆਦਮੀ ਕਲੀਨਿਕ ਮੁਫ਼ਤ 'ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ। ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ, ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫ਼ਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸੇ ਦੇ ਚਲਦਿਆਂ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ, ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਇੰਨਾ ਹੀ ਨਹੀਂ, ਇਹਨਾਂ ਕਲੀਨਿਕਾਂ 'ਚ ਮਾਹਿਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਾਨਮ ਕੁਮਾਰ ਹੈ। ਮੈਂ ਤੁਹਾਨੂੰ ਮੁਹੱਲਾ ਕਲੀਨਿਕ ਬਾਰੇ ਦੱਸਣਾ ਚਾਹੁੰਦਾ ਹਾਂ। ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕ ਹਰ ਥਾਂ ਖੋਲ੍ਹੇ ਹੋਏ ਨੇ, ਜਿਸ ਕਰਕੇ ਸਾਡੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ। ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500-1000 ਦੇ ਕਰਵਾਉਂਦੇ ਸੀ, ਇੱਥੇ ਤਾਂ ਹੁਣ ਟੈਸਟ ਵੀ ਫ੍ਰੀ ਹੁੰਦੇ ਨੇ। ਮੈਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ। ਰੰਗਲਾ ਪੰਜਾਬ 'ਚ ਬਣਾਉਣਾ, ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ, ਕਿਉਂਕਿ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਸਿਹਤਮੰਦ ਪੰਜਾਬ, ਇਹ ਦਾਰਾ ਸਿੰਘ ਦਾ ਪੰਜਾਬ ਹੈ, ਇਹ ਮਿਲਖਾ ਸਿੰਘ ਦਾ ਪੰਜਾਬ ਹੈ, ਇਹ ਹਾਕੀ ਦਾ ਫੌਜ 'ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ। ਜੇਕਰ ਗੱਲ ਕੀਤੀ ਜਾਵੇ ਇਸ ਵੱਲ ਹੋਰ ਕਦਮ ਜੋ ਵੱਧਦੇ ਜਾ ਰਹੇ ਨੇ, ਉਹਨਾਂ ਤਹਿਤ 29 ਹੋਰ ਜਿਹੜੇ ਆਮ ਆਦਮੀ ਕਲੀਨਿਕ ਨੇ ਉਹ ਲੋਕਾਂ ਦੇ ਹਵਾਲੇ ਕੀਤੇ ਗਏ ਨੇ। ਇਸ ਵਕਤ ਅਸੀਂ ਪਿੰਡ ਚੌਂਕੇ ਵਿੱਚ ਮੌਜੂਦ ਹਾਂ, ਜ਼ਿਲ੍ਹਾ ਬਠਿੰਡਾ ਦਾ ਇਹ ਪਿੰਡ ਹੈ ਜਿੱਥੋਂ ਇਹ ਤਸਵੀਰ ਤੁਸੀਂ ਵੇਖ ਰਹੇ ਹੋ। ਭਗਵੰਤ ਸਿੰਘ ਮਾਨ ਜੋ ਨੇ ਮੁੱਖ ਮੰਤਰੀ ਪੰਜਾਬ ਨੇ ਕੁਝ ਹੀ ਦੇਰ ਪਹਿਲੇ ਜਿਹੜਾ ਹੈਗਾ ਇੱਥੇ ਉਹਨਾਂ ਨੇ ਉਦਘਾਟਨ ਕੀਤਾ ਹੈ। ਮਾਣਯੋਗ ਬਲਵੀਰ ਸਿੰਘ ਜੋ ਨੇ ਸਿਹਤ ਮੰਤਰੀ ਅਤੇ ਉਹ ਨਾਲ ਮੌਜੂਦ ਰਹੇ, ਨਾਲ ਸੁਖਬੀਰ ਸਿੰਘ ਮੈਸਰਖਾਨਾ ਮੌਜੂਦ ਰਹੇ। ਇਹ ਤਸਵੀਰ ਤੁਸੀਂ ਵੇਖ ਸਕਦੇ ਹੋ, ਇਹ ਆਮ ਆਦਮੀ ਕਲੀਨਿਕ ਜਿਹੜਾ ਚੌਂਕੇ ਪਿੰਡ ਦਾ ਹੈ ਉਸ ਦੀ ਬਾਹਰੀ ਤਸਵੀਰ ਹੈ, ਜਿੱਥੇ ਕਿ ਲੋਕ ਇਸ ਵਕਤ ਪਹੁੰਚਣੇ ਸ਼ੁਰੂ ਹੋ ਗਏ ਨੇ। ਤਾਂ ਇੱਕ ਬੇਹੱਦ ਵਧੀਆ ਉਪਰਾਲਾ ਜਿਹੜਾ ਹੈਗਾ ਸਰਕਾਰ ਵੱਲੋਂ ਕੀਤਾ ਗਿਆ, ਜਿਸ ਦੇ ਤਹਿਤ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਇਸ ਪਾਸੇ ਲੋਕਾਂ ਦੇ ਬੈਠਣ ਦੇ ਲਈ ਏਰੀਆ ਬਣਾਇਆ ਗਿਆ, ਵਿਜ਼ਟਰ ਰੂਮ ਜਿਹੜਾ ਹੈਗਾ ਇੱਥੇ ਬਣਾਇਆ ਗਿਆ ਹੈ। ਪ੍ਰੋਪਰ ਏਸੀ ਦੀ ਵਗੈਰਾ ਜੋ ਪੂਰਾ ਪ੍ਰਬੰਧ ਹੈਗਾ ਉਹ ਕੀਤਾ ਗਿਆ ਇਸ ਇਲਾਕੇ ਵਿੱਚ। ਅਤੇ ਤਸਵੀਰ ਤੁਸੀਂ ਵੇਖ ਸਕਦੇ ਹੋ, ਇਹ ਕਾਊਂਟਰ ਹੈਗਾ ਜਿੱਥੇ ਕਿ ਜੋ ਮਰੀਜ਼ ਆਉਣਗੇ ਤਾਂ ਉਹ ਜਿਹੜੇ ਹੈਗੇ ਇੱਥੇ ਪਹਿਲੇ ਉਹਨਾਂ ਨੂੰ ਦੇਖਿਆ ਜਾਵੇਗਾ ਅਤੇ ਇੱਥੇ ਉਹਨਾਂ ਦੀ ਐਂਟਰੀ ਹੋਵੇਗੀ। ਪੰਜਾਬ ਵਿੱਚ ਅੱਜ 29 ਜੋ ਨੇ ਆਮ ਆਦਮੀ ਕਲੀਨਿਕ ਜਿਹੜੇ ਉਹਨਾਂ ਨੇ ਸ਼ੁਰੂਆਤ ਕੀਤੀ ਗਈ। ਸਾਡੇ ਨਾਲ ਇਸ ਵਕਤ ਵੀਰ ਜੀ ਮੌਜੂਦ ਨੇ। ਸਰ, ਕਿਸ ਤਰੀਕੇ ਸ਼ੁਰੂਆਤ ਰਹੀ ਹੈ, ਆਮ ਲੋਕਾਂ ਨੂੰ ਕਿੰਨਾ ਕੁ ਬੈਨੀਫਿਟ ਇਸ ਨਾਲ ਰਹਿਣ ਵਾਲਾ? ਦੇਖੋ, ਆਮ ਲੋਕਾਂ ਦੀ ਜਿੱਥੇ ਗੱਲ ਹੈ, 842 ਸੀ, ਉਹਨਾਂ ਨੇ 2,07,00,000 ਮਰੀਜ਼ ਲੋਕਾਂ ਨੇ ਫਾਇਦਾ ਉਠਾਇਆ। ਉਹਦੇ 'ਚੋਂ 92 ਲੱਖ ਯੂਨੀਕ ਪੇਸ਼ੈਂਟ ਆ ਜਿਹੜੇ ਘੱਟੋ ਘੱਟ ਇੱਕ ਵਾਰੀ ਆਏ ਆ, ਔਰ 1,15,00,000 ਹੋਆ ਜਿਹੜੇ ਵਾਰ ਵਾਰ ਆਏ ਆ। ਤਾਂ ਮਤਲਬ ਉਹਨਾਂ ਨੂੰ ਸਹੂਲਤ ਪਸੰਦ ਆ ਰਹੀ ਹੈ, ਮਾਨ ਸਾਹਿਬ ਦਾ ਜਿਹੜੀ ਸਿਹਤ ਕ੍ਰਾਂਤੀ ਆ ਪਸੰਦ ਆ ਰਹੀ ਆ। ਕੁੱਲ ਮਿਲਾ ਕੇ ਜਿਹੜਾ ਆਮ ਆਦਮੀ ਕਲੀਨਿਕ ਹੁਣ 872 ਹੋ ਗਿਆ, ਹੋਰ ਜਿਹੜੇ 30 ਐਡ ਹੋ ਗਏ ਆ, ਇਹਦੇ ਨਾਲ ਹੋਰ ਲੋਕਾਂ ਨੂੰ ਫਾਇਦਾ ਹੋਏਗਾ। ਇਹਦਾ ਕੇਂਦਰ ਨੇ ਫੰਡ ਰੋਕਤੇ, ਸਾਰੇ ਪੈਸੇ ਮਾਨ ਸਾਹਿਬ ਦੇ ਰਿਹਾ, ਕਿਤੇ ਕੇਂਦਰ ਫੰਡ ਦੇ ਦੇ, ਇੰਨੇ ਅਸੀਂ ਹੋਰ ਖੋਲ੍ਹ ਦੇਣੇ, ਹੁਣ 5 ਕਿਲੋਮੀਟਰ ਤਾਂ 2 ਕਿਲੋਮੀਟਰ ਤਾਂ ਕਰ ਦਿਆਂਗੇ। ਔਰ ਨਾਲ CM ਦੀ ਯੋਗਸ਼ਾਲਾ ਬਹੁਤ ਵਧੀਆ ਚੱਲ ਰਿਹਾ। ਇਹ ਪ੍ਰਾਇਮਰੀ ਕੇਅਰ ਦਾ ਦੁਨੀਆ ਦਾ ਬੈਸਟ ਮਾਡਲ ਹੈ। ਜਿਹੜੀ ਫਰਿਸ਼ਤੇ ਸਕੀਮ ਹੈ ਉਹ ਐਕਸੀਡੈਂਟ ਵਿਕਟਮ ਲਈ ਪੰਜਾਬ ਦਾ ਜੋ ਮਾਨ ਸਾਹਿਬ ਦਾ ਮਾਡਲ ਹੈ। ਸੜਕ ਸੁਰੱਖਿਆ ਫੋਰਸ, ਤੁਹਾਡੇ 108 ਐਂਬੂਲੈਂਸ ਅਤੇ ਸਾਰੇ ਹਸਪਤਾਲ ਨੂੰ ਪੈਨਲ ਕੀਤੇ ਆ। ਬੰਦਾ ਪੰਜਾਬ ਦਾ ਹੋਵੇ, ਹਰਿਆਣੇ ਦਾ ਹੋਵੇ, ਕਿਸੇ ਹੋਰ ਸੂਬੇ ਦਾ ਹੋਵੇ, ਕਿਸੇ ਹੋਰ ਦੇਸ਼ ਦਾ ਹੋਵੇ, ਜੇ ਪੰਜਾਬ ਦੀ ਧਰਤੀ ਰੱਬ ਨਾਲ ਕਦੇ ਐਕਸੀਡੈਂਟ ਹੋ ਜਾਏ
ਇਲਾਜ ਚਾਹੇ 10 ਰੁਪਏ ਦਾ ਹੋਵੇ, 10,000 ਦਾ ਹੋਵੇ, 10 ਲੱਖ ਦਾ ਹੋਵੇ, 20 ਲੱਖ ਦਾ ਹੋਵੇ, ਸਾਰਾ ਇਲਾਜ ਫ੍ਰੀ ਹੈ ਜੀ। ਇਹ ਵੀ ਦੁਨੀਆ ਦੀ ਸਭ ਤੋਂ ਬੈਸਟ ਸਕੀਮ ਹੈ ਔਰ ਅਰਵਿੰਦ ਕੇਜਰੀਵਾਲ ਜੀ ਸਾਡੇ ਜਿਹੜੇ ਨੈਸ਼ਨਲ ਕਨਵੀਨਰ ਹੈ ਉਹਨਾਂ ਨੇ ਉੱਥੋਂ ਟਰਾਈਡ ਐਂਡ ਟੈਸਟਡ ਮਾਡਲ ਹੈ ਉਹਨਾਂ ਦਾ ਅਤੇ ਮਾਨ ਸਾਹਿਬ ਨੇ ਉਹਨੂੰ ਦੁੱਗਣਾ ਚੌਗਣਾ ਕਰਕੇ ਲਾਗੂ ਕੀਤਾ ਜੀ। ਸਰ ਪਾਈਪਲਾਈਨ ਵਿੱਚ ਹੋਰ ਵੀ ਕੁਛ ਹੈਗਾ ਸਿਹਤ ਨੂੰ ਲੈ ਕੇ ਇਸ ਦੇ ਨਾਲ ਇਹਨੂੰ ਅਪਡੇਟ ਕੀਤਾ ਜਾ ਸਕਦਾ? ਕੁਛ ਹੈ ਜੀ, ਇਹ ਪ੍ਰਾਇਮਰੀ ਕੇਅਰ ਹੈ, ਸੈਕੰਡਰੀ ਕੇਅਰ ਦੇ ਵਿੱਚ ਆਲਰੇਡੀ ਜਿਹੜੀ ਹੈਗੀ ਹੈ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ, 253 ਤੋਂ ਵੱਧ ਜਿਹੜੀਆਂ ਹੈਗੀਆਂ ਦਵਾਈਆਂ ਆਲਰੇਡੀ ਮਿਲ ਰਹੀਆਂ ਹੈਗੀਆਂ। ਔਰ ਜੇ ਦਵਾਈ ਨਹੀਂ ਹੈ ਹਸਪਤਾਲ 'ਚ, ਮਾਨ ਸਾਹਿਬ ਨੇ ਪੈਸੇ ਦੇ ਦਿੱਤੇ, ਕਹਿੰਦੇ SM ਨੂੰ ਵੀ ਪੈਸੇ ਦੇ ਦਿਓ, ਸਿਵਲ ਸਰਜਨ ਨੂੰ ਵੀ, ਮਰੀਜ਼ ਨੇ ਦਵਾਈ ਖਰੀਦੂਗਾ, ਡਾਕਟਰ ਖਰੀਦ ਕੇ ਦੇਣਗੇ ਜੀ। ਐਕਸਰੇ ਅਲਟਰਾਸਾਊਂਡ ਹਸਪਤਾਲ 'ਚ ਹੋਏਗਾ, ਜੇ ਕਿਸੇ ਵਜ੍ਹਾ ਨਾਲ ਨਹੀਂ ਹੋ ਸਕਦਾ ਤਾਂ ਬਾਹਰੋਂ ਕਰਾ ਲਓ, ਪਰਚੀ ਲੈ ਜਾਓ, ਪੈਸੇ ਸਰਕਾਰ ਦੇਵੇਗੀ। ਔਰ ਕੈਂਸਰ ਦਾ ਇਲਾਜ, ਹਾਰਟ ਦਾ, ਬ੍ਰੇਨ ਦਾ, ਇਹ ਸਾਰੇ ਜਿਹੜੇ ਕੰਪਲੀਕੇਟ ਇਲਾਜ ਆ ਮੈਡੀਕਲ ਕਾਲਜਾਂ ਦੇ ਵਿੱਚ ਹੋ ਰਹੇ ਆ। ਪ੍ਰਾਇਮਰੀ ਕੇਅਰ, ਸੈਕੰਡਰੀ ਕੇਅਰ, ਟਰਸ਼ਰੀ ਕੇਅਰ, ਇਨਫਰਾਸਟ੍ਰਕਚਰ ਵੀ ਅਪਗ੍ਰੇਡ ਕਰ ਰਹੇ ਹਾਂ, ਸਟਾਫ ਭਰਤੀ ਕਰ ਰਹੇ ਹਾਂ, ਟ੍ਰੇਨਿੰਗ ਕਰ ਰਹੇ ਹਾਂ ਔਰ ਦਵਾਈਆਂ ਸਾਰੀਆਂ ਅਵੇਲੇਬਲ ਕਰਾ ਰਹੇ ਹਾਂ ਜੀ। ਜਿਹੜੀ ਸਾਰੀ ਜਿਹੜਾ ਹੁਣ ਤੱਕ ਹੈ ਲੋਕਾਂ ਨੂੰ ਜਿਹੜਾ ਪ੍ਰਾਇਮਰੀ, ਸੈਕੰਡਰੀ, ਟਰਸ਼ਰੀ ਕੇਅਰ ਦੇ ਵਿੱਚ 2,000 ਕਰੋੜ ਤੋਂ ਵੱਧ ਆਊਟ ਆਫ ਪੋਕਟ ਐਕਸਪੈਂਸਿਸ ਜਿਹਦੇ ਕਰਕੇ ਲੋਕ ਗਰੀਬ ਹੋ ਰਹੇ ਸੀਗੇ ਉਹਦਾ ਫਾਇਦਾ ਹੋਇਆ ਜੀ। ਏਮਸ ਦੀ ਸਟੱਡੀ ਆ, ਬਹੁਤ ਵਧੀਆ ਸਟੱਡੀ ਆ। ਸੋ ਇਹ ਜਿਹੜਾ ਹੈਲਥ ਮਾਡਲ ਹੈ ਇਹ ਦੇਸ਼ 'ਚ ਲਾਗੂ ਹੋਣਾ ਚਾਹੀਦਾ ਔਰ ਮੈਂ ਉਮੀਦ ਕਰਦਾ ਕਿ ਜਿਹੜੀ ਕੇਂਦਰ ਸਰਕਾਰ ਹੈ ਮਾਨ ਸਾਹਿਬ ਦੇ ਨਾਲ ਇਹਨਾਂ ਨੂੰ ਮਤਲਬ ਇੱਕ ਨਾ ਜੀ ਕੋਆਪਰੇਟਿਵ ਫੈਡਰਲਿਜ਼ਮ ਦੀ ਸਪਿਰਿਟ ਦੇ ਵਿੱਚ ਇਹਨਾਂ ਨੂੰ ਸਪੋਰਟ ਕਰਨਗੇ, ਨਾ ਕਿ ਉਹਦੇ 'ਚ ਅੜਕੇ ਪਾਣਗੇ। ਅੱਜ ਸਾਡੀ ਟੀਮ ਗਈ ਹੈ, ਮੈਨੂੰ ਪੂਰੀ ਉਮੀਦ ਹੈ ਕਿ ਅੱਜ ਸਾਨੂੰ 1,200 ਕਰੋੜ NHM ਦਾ ਔਰ 225 ਕਰੋੜ ਜਿਹੜੇ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਸਾਨੂੰ ਦੇ ਦੇਣਗੇ ਨੱਡਾ ਸਾਹਿਬ ਅਤੇ ਅਸੀਂ ਮਿਲ ਕੇ ਲੋਕਾਂ ਦੀ ਸੇਵਾ ਕਰਾਂਗੇ। ਅਸੀਂ ਬਿਆਨਬਾਜ਼ੀ ਕਰਨ ਥੋੜ੍ਹੀ ਆਏ ਹਾਂ, ਅਸੀਂ ਤਾਂ ਬਿਮਾਰੀ ਨਾਲ ਲੜਨ ਆਏ ਹਾਂ ਜੀ। ਮਸਤਾ ਇਸ ਵਕਤ ਸਾਡੇ ਨਾਲ ਮੰਤਰੀ ਸਾਹਿਬ ਮੌਜੂਦ ਸੀ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਉਮੀਦ ਹੈਗੀ ਹੈ ਕਿ ਇਹਨਾਂ ਨੂੰ ਕਾਫੀ ਜਿਹੜੇ ਕੇਂਦਰ ਕੋਲ JP ਨੱਡਾ ਸਾਹਿਬ ਕੋਲ ਗਏ ਹੋਏ ਨੇ ਉਹਨਾਂ ਤੋਂ ਜਿਹੜੇ ਫੰਡਸ ਜਿਹੜੇ ਨੇ ਉਹ ਲੈਣੇ ਨੇ ਉਸ ਨੂੰ ਲੈ ਕੇ ਅੱਜ ਜਿਹੜਾ ਡੈਲੀਗੇਟ ਗਿਆ ਹੋਇਆ ਇਹਨਾਂ ਨੂੰ ਉਮੀਦ ਹੈ ਕਿ ਜੇਕਰ ਉਹ ਮਿਲ ਜਾਂਦੇ ਨੇ ਤਾਂ ਕਾਫੀ ਪੰਜਾਬ ਦੀ ਤਰੱਕੀ ਵਿੱਚ ਜਿਹੜੀ ਹੈਗੀ ਹੈ ਸਹਾਇਤਾ ਹੋ ਸਕਦੀ ਹੈ। ਫਿਲਹਾਲ ਵੇਖਦੇ ਹਾਂ ਕਿ ਪੰਜਾਬ ਸਰਕਾਰ ਸਿਹਤ ਸੁਵਿਧਾ ਨੂੰ ਲੈ ਕੇ ਹੋਰ ਕੀ ਕੁਝ ਨਵਾਂ ਲੈ ਕੇ ਆ ਰਹੀ ਹੈ। ਬਠਿੰਡਾ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਚੱਜ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ TV। देश दुनिया की हर खबर सबसे पहले देखने के लिए फॉलो करें दैनिक सवेरा TV, यूट्यूब, फेसबुक, इंस्टाग्राम, एक्स और व्हाट्सएप चैनल पर।